ਫਿਰ ਫਿਰ ਕਰ ਵਾਹਿਗੁਰੂ ਜੀ ਡੰਡੋਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਰਬ ਕਲਾ ਕੇ ਰੋਜ਼ੀ ਰਜ਼ਾਕ ਰਹੀਮੇ ਰਹਿਕ ਕੇ ਪਾਕ ਬੇਐਬ ਹੈ ਕੇ ਕੈਬੁਲ ਗੈਬ ਹੈ ਕੇ ਅਫਵਲ ਗੁਨਾਹ ਹੈ ਕੇ ਸ਼ਾਨ ਸ਼ਾਹ ਹੈ ਕੇ ਕਰਨ ਕੁਨਿੰਦ ਹੈ ਕੇ ਰੋਜ਼ੀ ਦਹਿੰਦ ਹੈ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਭਗਤ ਨਾਨਕ ਦੇ ਕਰ ਭਗਤ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਕੀਰਤਨ ਵਿੱਚ ਆਪ ਜੀ ਬਬੀਹੇ ਦੇ ਬੋਲਣ ਦਾ ਸੁਣ ਰਹੇ ਸੋ ਵੀ ਬਬੀਹਾ ਬੋਲੇ। ਇੱਕ ਦਿਨ ਮੈਂ ਤੁਹਾਨੂੰ ਦੱਸਿਆ ਸੀ ਐਨੂੰ ਆਪ ਇੱਥੇ ਹੋ ਜਾਓ ਤੁਹਾਨੂੰ ਕਿਹਾ ਇੱਥੇ ਲੱਗ ਗਿਆ ਐਨੂੰ ਹੋ ਜਾਓ ਵੀ ਸ਼ਿਮਲੇ ਵਾਲੇ ਥੋੜ੍ਹੇ ਜਿਹੇ। ਇੱਕ ਦਿਨ ਆਪ ਜੀ ਨੂੰ ਦੱਸਿਆ ਵੀ ਪਪੀਹਾ ਗੁਰਬਾਣੀ 'ਚ ਕਿਹਨੂੰ ਕਿਹਾ ਨਹੀਂ। ਇੱਕ ਦਿਨ ਦੱਸਿਆ ਸੀ ਵੀ ਗੁਰਬਾਣੀ 'ਚ ਪਪੀਹਾ
ਮਤਲਬ ਕੀ ਆ ਪਪੀਆ ਜੀਵ ਆਤਮਾ ਨੂੰ ਕਿਹਾ, ਹੁਣ ਤਾਂ ਪਤਾ ਲੱਗ ਗਿਆ ਕਿਹਨੂੰ ਜੀ, ਪਪੀਆ ਕਹਿ ਕੇ ਪੁਕਾਰਿਆ। ਉੱਥੇ ਲਿਖਿਆ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਜਿਤਰਾ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਹੋਇਆ ਤੇ ਬਬੀਹਾ ਬੋਲਿਆ, ਉਹਨੇ ਪਿਰਿਓ 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 ਦੀ ਆਵਾਜ਼ ਦਿੱਤੀ ਤਾਂ ਦਰ ਸੁਣੀ, ਉਹਦੀ ਦਰ ਤੇ ਸੁਣੀ ਗਈ। ਤੇਰੀਆਂ ਜਿਹੜੀਆਂ 84 ਲੱਖ ਦੂਸਰੀਆਂ ਜੂਨੀਆਂ ਸੀ ਉਹ ਰਾਤ ਸੀ, ਨੋਟ ਕਰੀ ਕੀ ਆਖਿਆ, ਜਿਹੜੀਆਂ 84 ਲੱਖ ਦੂਸਰੀਆਂ ਜੂਨੀਆਂ ਸੀ ਨਾ ਉਹ ਇੱਕ ਗਹਿਰੀ ਰਾਤ ਸੀ, ਮਨੁੱਖਾ ਦੇ ਅੰਮ੍ਰਿਤ ਵੇਲਾ ਹੈ, ਨਹੀਂ ਪਤਾ ਲੱਗਾ ਜੀ, ਮਨੁੱਖਾ ਦੇ ਤੇ ਜਿਹੜੀਆਂ 84 ਲੱਖ ਦੁਨੀਆ ਦੂਸਰੀਆਂ ਜੂਨੀਆਂ ਸੀ, ਫਿਰ ਤੇ ਕੁਛ ਗੱਲ ਨਾ ਹੋਈ, ਉੱਚੀ ਬੋਲੋ, ਗਹਿਰੀ ਰਾਤ ਸੀ ਜਿਹਦੇ ਵਿੱਚ ਤੈਨੂੰ ਕੁਛ ਨਾ ਦਿਸਿਆ। ਆਖੋ ਹੇ ਗੁਰੂ, ਇਹ ਦਿਨ ਅੰਮ੍ਰਿਤ ਵੇਲਾ ਹੈ, ਕੀ ਮਨੁੱਖਾ ਜਨਮ ਅੰਮ੍ਰਿਤ ਵੇਲਾ ਹੈ, ਜੇ ਉਹ ਅੰਮ੍ਰਿਤ ਵੇਲੇ ਬੋਲਿਆ ਤੇ ਉਹਦੀ ਪੁਕਾਰ ਸੁਣੀ ਗਈ, ਲਿਖਿਆ ਹੈ ਬਬੀਹਾ ਅੰਮ੍ਰਿਤ ਵੇਲੇ ਕੀ ਹੋਇਆ, ਤੇ ਤੇਰੀ ਵੀ ਦੇਹ ਦਾ ਏ ਹੁਣ ਅੰਮ੍ਰਿਤ ਵੇਲਾ ਏ, ਮਨੁੱਖਾ ਜਨਮ ਅੰਮ੍ਰਿਤ ਵੇਲਾ ਏ, ਤੂੰ ਬੋਲੇਗਾ ਤੇ ਤੇਰੀ ਵੀ ਸੁਣੀ ਜਾਊਗੀ, ਬੋਲ ਕੇ ਤੇ ਵੇਖ, ਵਾਹਿਗੁਰੂ 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 ਵਾਹਿਗੁਰੂ, ਜੁੜ ਕੇ ਜੀ ਜੁੜ ਕੇ ਬਹਿ ਜਾਓਗੇ ਤੇ ਬੜਾ ਕੁਝ ਮਿਲ ਜਾਊ, ਵਾਹਿਗੁਰੂ 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 ਵਾਹਿਗੁਰੂ।
ਸਭ ਕੰਨਾਂ ਦਾ ਸੁਣਨਾ ਹੈ। ਇੱਕ ਮਿੰਟ ਚ ਭੋਗ ਪੈ ਜੂ। ਆਪੋ ਸਤਨਾਮ ਸੀ। ਇੱਕ ਇਸ਼ਾਰਾ ਸੀ ਸਤਿਗੁਰੂ ਨੇ ਹੁਣੇ ਬਖਸ਼ਿਆ। ਤੁਸੀਂ ਕਦੀ ਕੜਾਹ ਪ੍ਰਸ਼ਾਦ ਦੀ ਦੇਗ ਲੈਣੀ ਹੋਵੇ, ਤੁਰੇ ਫਿਰਦੇ ਨੂੰ ਮਿਲਦੀ? ਦੱਸੋ ਨਾ, ਬੰਦਾ ਤੁਰਿਆ ਫਿਰਦਾ ਹੋਵੇ ਤੇ ਕਹੇ ਮੈਨੂੰ ਪ੍ਰਸ਼ਾਦ ਦਿਓ, ਦੇਗ ਦਿਓ, ਮਿਲਦੀ? ਖਲੋਤੇ ਨੂੰ ਮਿਲਦੀ? ਜ਼ਰੂਰੀ ਆ ਬਹਿਣਾ। ਇਹ ਪ੍ਰਸਾਦ ਤੁਹਾਡੇ 'ਤੇ ਵਰਤ ਸਕਦਾ ਹੈ ਵਾਹਿਗੁਰੂ ਗੁਰਮੰਤਰ ਦਾ ਪ੍ਰਸਾਦ। ਜੇ ਪ੍ਰਸਾਦ ਸਭ ਕੀ ਗੱਤ ਹੋਏ, ਜਿਹੜੇ ਪ੍ਰਸ਼ਾਦ ਨਾਲ ਗੱਤ ਮਿਣੇ ਹੁੰਦਾ ਭਲਾ, ਜਿਹੜੇ ਪ੍ਰਸ਼ਾਦ ਨਾਲ ਸਭ ਦਾ ਭਲਾ ਹੋਣਾ ਹੈ ਨਾ, ਇਹ ਤੁਹਾਡੇ ਬੁੱਕ 'ਚ ਪੈ ਸਕਦਾ ਹੈ। ਮਗਰ ਜੇ ਤੁਸੀਂ ਬੋਲੋ ਪੈ ਜਾਓ ਤੇ ਬਹਿਣਾ ਸਿੱਖ ਲਓ। ਬਹਿੰਦਾ ਨਹੀਂ ਜੀ, ਭੱਜਾ ਫਿਰਦਾ ਹੈ ਇੱਧਰ ਉੱਧਰ, ਸਰੀਰ ਦੇ ਵਿੱਚ ਬੈਠਾ ਹੋਇਆ ਵੀ ਭੱਜਾ ਫਿਰਦਾ ਹੈ। ਬਬੀਏ ਦੀ ਸੁਣੀ ਗਈ, ਬਬੀਏ ਨੇ ਤਨ ਕਰਕੇ ਮਨ ਕਰਕੇ ਇੱਕ ਹੋ ਕੇ ਪੁਕਾਰ ਕੀਤੀ, ਬਬੀਹਾ ਪ੍ਰਿਊ ਪ੍ਰਿਊ ਕਰੇ। ਉਹਦੀ ਪੁਕਾਰ, ਉਹਦੇ ਬੋਲ ਕਦੀ ਸੁਣੇ ਹੋ ਗੁਰੂ ਕੇ ਸਿੱਖਿਓ? ਚਾਤਰਕ ਸ਼ਬਦ ਸੋਹਣਾ ਨਹੀਂ ਆਉਂਦੀ ਕਿਸੇ ਨੂੰ? ਚਾਤਰਕ ਸ਼ਬਦ ਸੁਣ ਅੱਖੀਆਂ ਉਗੜ ਗਈ। ਨਹੀਂ ਮਤਲਬ ਚਾਤਰਕ ਦੇ ਬੋਲ ਸੁਣੇ, ਚਾਤਰਕ ਪਪੀਏ ਨੂੰ ਕਹਿੰਦੇ, ਨੋਟ ਕਰ ਲਓ। ਪਪੀਏ ਦਾ ਇੱਕ ਨਾਮ ਬਾਣੀ 'ਚ ਚਾਤਰਕ ਵੀ ਆਇਆ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ। ਬਿਲਪ ਦਾ ਅਰਥ ਹੈ ਵਿਰਲਾਪ। ਮੇਰੀ ਰੂਹ ਗਰੀਬ ਨੂੰ ਅੱਜ ਪਪੀਏ ਵਾਂਗੂ ਵਿਰਲਾਪ ਕਰ ਰਹੀ ਕਿ ਤੂੰ ਮੈਨੂੰ ਆਪਣੇ ਦੀਦਾਰ ਬਖਸ਼। ਆਖੋ ਵਾਹਿਗੁਰੂ ਮੇਰਾ ਮਨ ਲੋਚੈ ਬਿਲਪ। ਬਿਲਪ ਮਨੇ ਕੀ ਦਿਆ? ਬੋਲਿਆ ਕਰੋ, ਪਤਾ ਲੱਗ। ਵਿਰਲਾਪ ਕਰ ਰਹੀ ਮੇਰੀ ਰੂਹ। ਰੇਖਾ ਨਾ ਉਤਰੇ, ਸ਼ਾਂਤ ਨਾ ਆਇਆ, ਪਿਆਸ ਨਹੀਂ ਬੁਝਦੀ ਤੇਰੇ ਦੀਦਾਰ ਤੋਂ ਬਿਨਾਂ। ਆਖੋ ਵਾਹਿਗੁਰੂ ਜੇ ਪਪੀਆ ਬੋਲਿਆ ਬਾਬੀਆ ਪ੍ਰਿਓ ਪ੍ਰਿਓ ਵਾਹਿਗੁਰੂ 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 ਅੰਦਰੋਂ ਆਵਾਜ਼ ਨਿਕਲੇ ਪਪੀਏ ਵਰਗੀ, ਹੁਣੇ ਮੀਂਹ ਪੈ ਜੂ। ਵਾਹਿਗੁਰੂ 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 ਵਾਹਿਗੁਰੂ।
ਦਿਓ, ਪਵੀਅਨ ਬੋਲਣ ਦਿਓ, ਅੰਦਰੋਂ ਆਤਮਾ ਨੂੰ ਬੋਲਣ ਦਿਓ, ਪਰਿਓ ਜੋ ਤੁਸੀਂ ਦਾ ਜੋਤਿਸ਼ੀ ਬਣਿਆ ਵੀ ਕੱਲ ਨੂੰ ਮੀਂਹ ਪੈਣਾ, ਕਹਿੰਦੇ ਬੋਲਣਾ ਹਰ ਬੰਦਾ ਜੋਤਿਸ਼ੀ ਬਣਿਆ। ਜਦੋਂ ਅਸੀਂ ਛੋਟੇ ਹੁੰਦੇ ਸਾਂ ਕੋਈ ਭਵਿੱਖਬਾਣੀ ਨਹੀਂ ਸੀ ਕਰਦਾ, ਉਦੋਂ ਮੀਂਹ ਨੂੰ ਵੇਖਣ ਦਾ ਪੈਮਾਨਾ ਸੀ ਪਪੀਏ ਦਾ ਬੋਲਣਾ। ਮੇਰੀ ਉਮਰ ਦੇ ਉਹ ਮੀਂਹ ਨੂੰ ਦੇਖਣ ਦਾ ਪੈਮਾਨਾ ਕੀ ਸੀ? ਪਪੀਆ ਬੋਲ ਪਿਆ। ਤੇ ਲੋਕੀ ਕਹਿੰਦੇ ਸੀ ਕੱਲ ਦਾ ਪਪੀਆ ਬੋਲ ਰਿਹਾ, ਹੁਣ ਮੀਂਹ ਪੈ ਲੈਣਾ ਹੈ। ਇੱਕ ਬੜੀ ਪਿਆਰੀ ਕਹਾਣੀ ਸੀ ਵੀ ਕੱਲ ਦਾ ਪਪੀਆ ਬੋਲਦਾ ਹੈ, ਹੁਣ ਮੀਂਹ ਅੱਜ ਨਹੀਂ ਤੇ ਕੱਲ ਪੈ ਲੈਣਾ ਹੈ। ਸਿੱਖਾ ਬੋਲ ਤੇ ਸਹੀ, ਕਿਤੇ ਕਹਿ ਤੇ ਸਹੀ, ਪਪੀਆ ਬੇਨਤੀ ਕਰੇ, ਬੋਲੋ ਇਧਰ ਨੂੰ ਹੱਥ ਜੋੜ ਕੇ ਪਪੀਆ ਬਣ ਕੇ ਗੁਰੂ ਸਾਹਿਬ ਨੂੰ। ਆਹ ਕਾਲਾ ਬੱਦਲ ਚੜਿਆ ਬੈਠਾ, ਕਾਲੀ ਘਟਾ ਚੜੀ ਬੈਠੀ, ਤੈਨੂੰ ਨਹੀਂ ਦਿਸ ਰਹੀ, ਬੜੀ ਦਹਿਸ ਦਹਿ ਦਿਸ ਛਤਰ ਮੇਘ ਘਟਾ ਘਟ ਦਾਮਣ ਚਮਕ ਡਰਾਇਓ। ਇਹਦੇ ਚ ਬਿਜਲੀ ਚਮਕ ਰਹੀ, ਦਸਾਂ ਦਿਸ਼ਾਵਾਂ ਤੋਂ ਘਟਾ ਚੜ ਕੇ ਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸ ਪਾਤਸ਼ਾਹੀਆਂ ਦੇ ਵਿਚਾਰ। ਆਖੋ ਏ ਗੁਰੂ ਤੂੰ ਬੋਲ ਤੇ ਸਹੀ, ਬਬੀਹਾ ਬੇਨਤੀ ਕਰੇ। ਕਿਹੜੇ ਬਬੀ ਵੱਲ ਧਿਆਨ ਖੜੋਗੇ ਫਿਰ? ਜੀਵ ਆਪਣੇ ਵੱਲੋਂ, ਜੀਵ ਆਤਮਾ ਨੂੰ ਨਹੀਂ ਹੁਣ। ਮੈਂ ਸਰੀਰ ਦਾ ਕੋਠਾ ਪਰੇ ਕਰਤਾ, ਮੈਂ ਆਤਮਕ ਦੇ ਤੌਰ ਤੇ ਬੋਲ ਰਿਹਾ। ਭੈਣ ਕਿੱਧਰ ਚਲੇ ਗਈ? ਸਰੀਰ ਦੇ ਕੋਠੇ ਨੂੰ ਮੈਂ ਪਰੇ ਕਰਤਾ, ਹੁਣ ਵਿੱਚੋਂ ਮੈਂ ਬੋਲ ਰਹੀ ਹਾਂ, ਕੋਠਾ ਨਹੀਂ ਬੋਲ ਰਿਹਾ। ਉਹ ਜਿਹੜਾ ਕੋਠੇ ਦੇ ਵਿੱਚ ਬੈਠਾ ਉਹਦਾ ਨਾਮ ਪਪੀਆ ਹੈ। ਸਮਝਦੇ ਹੋ ਮੈਂ ਕੀ ਕਹਿ ਰਿਹਾ? ਜਿਹੜਾ ਕੋਠੇ ਦੇ ਵਿੱਚ ਬੈਠਾ ਉਹਦਾ ਨਾਮ ਕੀ ਹੈ? ਬਬੀਹਾ ਬੇਨਤੀ ਕਰੇ, ਕਰ ਕਿਰਪਾ ਦਿਓ ਜੀ ਦਾਨ, ਜੀ ਦਾਨ। ਆਂਦੇ ਤੈਨੂੰ ਮੈਂ ਬਹੁਤ ਕੁਝ ਦਿੱਤਾ ਹੈ, ਅੱਗੋਂ ਆਵਾਜ਼ ਆਈ ਮੈਂ ਤੈਨੂੰ ਬਹੁਤ ਕੁਝ ਦਿੱਤਾ ਹੈ। ਉਹਨੇ ਕਿਹਾ ਜੀ ਉਹ ਜੋ ਦਿੱਤਾ ਇੱਧਰ ਆਓ ਸਾਹਮਣੇ, ਤੁਸੀਂ ਨੌਜਵਾਨ ਸਿੰਘ ਸਰ ਇੱਥੇ ਆਓ। ਜੋ ਦਿੱਤਾ ਹੈ ਤੁਸੀਂ ਗਰੀਬ ਨਵਾਜ, ਉਹ ਮੇਰੇ ਤਨ ਨੂੰ ਢੱਕਣ ਨੂੰ ਦਿੱਤਾ ਹੈ, ਨਹੀਂ ਪਤਾ ਲੱਗਾ। ਐਵੇਂ ਨਾ ਕਹਿਣਾ ਜਗਜੀਤ ਕੌਰ, ਜੇ ਨਹੀਂ ਪਤਾ ਲੱਗਾ ਤਾਂ ਮੈਂ ਫਿਰ ਦੱਸਦਾ। ਰੋਟੀ ਦਿੱਤੀ ਤੁਸੀਂ ਮੇਰੇ ਤਨ ਨੂੰ ਪਾਲਣ ਨੂੰ ਦਿੱਤੀ, ਆਖੋ ਵਾਹਿਗੁਰੂ। ਕੱਪੜਾ ਦਿੱਤਾ ਮੇਰੇ ਤਨ ਨੂੰ ਢੱਕਣ ਨੂੰ ਦਿੱਤਾ ਹੈ, ਪਕੜਿਓ। ਪਾਣੀ ਦਿੱਤਾ ਹੈ ਮੇਰੇ ਤਨ ਦੀ ਪਿਆਸ ਬੁਝਾਉਣ ਨੂੰ ਦਿੱਤਾ ਹੈ,
ਪਕੜ ਰਹੇ ਹੋ ਜੀ ਗੁਰੂ ਕੇ ਸਿੱਖੋ, ਉਹ ਸੋਹਣੇ ਦਾੜੇ ਵਾਲੇ ਪਕੜ ਰਹੇ ਹੋ। ਇਹ ਜੋ ਕੁਝ ਤੂੰ ਬਾਹਰੀ ਖੁਰਾਕ ਦਿੱਤੀ ਹੈ ਮੇਰੇ ਸਰੀਰ ਨਾਲ ਸੰਬੰਧਿਤ ਆ, ਅੱਜ ਮੈਂ ਸਰੀਰ ਨਾਲ ਨਹੀਂ ਅੰਦਰਲੀ ਖੁਰਾਕ ਮੰਗਦੀ ਹਾਂ। ਆਤਮਾ ਦੀ ਖੁਰਾਕ ਕੀ ਆ? ਵਾਹਿਗੁਰੂ ਦਾ ਨਾਮ, ਅੱਖਾਂ, ਜੀਵਾਂ, ਉਹ ਖੁਰਾਕ ਜਿਹੜੀ ਪਾਣੀ 2 ਘੰਟੇ ਨਾ ਪੀਓ, 3 ਘੰਟੇ ਨਾ ਪੀਓ, ਜਿਉਂਦੇ ਰਹਿ ਸਕਦੇ ਹੋ? ਉਹ ਕਿਹੜੀ ਪਿਆਸ ਹੈ ਜਿਹੜੀ ਇੱਕ ਛਿਨ ਵੀ ਪਰੇ ਹੁੰਦਾ ਪਾਣੀ ਜਾਂ ਅੰਮ੍ਰਿਤ, ਉਹ ਜਿਹੜਾ ਤੇ ਬੰਦੇ ਦੀ ਮੌਤ ਹੁੰਦੀ। ਜਿੱਤ ਵੇਲਾ ਰੇ ਮੇਰਾ ਸਵਾਮੀ, ਜਿੱਤ ਵੇਲੇ ਮਰ ਜਾਏ ਜੀਓ ਮੇਰਾ, ਮੈਂ ਨਹੀਂ। ਲਾਸ਼ ਤਾਂ ਤੁਰੀ ਫਿਰੂਗੀ, ਪਤਾ ਲੱਗ ਰਿਹਾ ਵੀ ਲਾਸ਼ ਤਾਂ ਤੁਰੀ ਫਿਰੂਗੀ, ਗੱਡੀ ਚਲਾਉਂਦੀ ਫਿਰੂਗੀ, ਮਗਰ ਅੰਦਰੋਂ ਜੀਵ ਮਰ ਚੁੱਕਿਆ ਹੋਊਗਾ, ਮੁਰਦਾ ਤੁਰਿਆ ਫਿਰਦਾ ਹੋਊਗਾ। ਅੱਜ ਬਾਪੂ ਮੈਂ ਤੈਨੂੰ ਬੇਨਤੀ ਕਰਦੀ, ਬਬੀਹਾ ਬੇਨਤੀ, ਪੁੱਤ ਦਿੱਤੇ, ਧੀਆਂ ਦਿੱਤੀਆਂ, ਤੁਹਾਡਾ ਸ਼ੁਕਰ। ਤੁਸੀਂ ਰੋਟੀ ਦਿੱਤੀ, ਕੱਪੜਾ ਦਿੱਤਾ, ਘਰ ਦਿੱਤਾ, ਤੁਹਾਡਾ ਸ਼ੁਕਰ, ਮਗਰ ਜੀ ਦਾਨ, ਮੇਰੀ ਜਿੰਦ ਦਾ ਦਾਨ ਕਰ ਕਿਰਪਾ ਦਿਓ ਜੀ ਦਾਨ। ਕੀ ਮੰਗਦਾ ਹੈ? ਉਹਨੇ ਪੁੱਛਿਆ ਕੀ ਮੰਗਦਾ ਹੈ? ਤੇਰੀ ਜੀ ਦਾ, ਤੇਰੇ ਦਾ ਦਾਨ ਕੀ ਹੈ? ਜਲ ਬਿਨ ਪਿਆਸ ਨਾ ਉਤਰੇ, ਤੇਰੇ ਨਾਮ ਰੂਪੀ ਜਲ ਤੋਂ ਬਿਨਾਂ ਮੇਰੀ ਛੁਟਕ ਜਾਏ ਮੇਰੇ ਪ੍ਰਾਣ, ਛੁਟਕ ਜਾਏ ਮੇਰੇ। ਸਾਹਿਬ ਜੀ ਤੇਰੇ ਅੰਮ੍ਰਿਤ ਨਾਮ ਤੋਂ ਬਿਨਾਂ ਛੁਟਕ ਜਾਏ ਮੇਰੇ ਪ੍ਰਾਣ, ਛੁਟਕ ਜਾਏ ਮੇਰੇ। ਸਾਹਿਬ ਜੀ ਮਰ ਜੂਗਾ, ਮੇਰੇ ਮੂੰਹ ਚ ਪਾਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਖੁੱਲ ਕੇ ਖੁੱਲ ਕੇ। Bye.
ਬੋਲ ਉੱਠਿਆ, ਬੋਲ ਉੱਠਿਆ, ਮੀਂਹ ਪਊਗਾ। ਸਤਨਾਮ ਸ੍ਰੀ ਕਹਿੰਦਾ ਭਾਈ ਗੁਰਦਾਸ ਜੀ ਨੇ ਵਚਨ ਕੀਤਾ, ਆਹ ਜਿੰਨੇ ਨੇ ਨਾ ਤੁਸੀਂ ਸਿੱਖ ਬੈਠੇ, ਤੁਹਾਨੂੰ ਭਾਈ ਸਾਹਿਬ ਨੇ ਕਿਹਾ ਮੋਰ ਤੇ ਪਪੀਏ। ਕੀ ਆਖਿਆ? ਸਾਰਿਆਂ ਨੂੰ ਇਹ ਦੋ ਪਕਸ਼ੀ ਨੇ ਜਿਨ੍ਹਾਂ ਦਾ ਪਿਆਰ ਪਾਣੀ ਨਾਲ ਆ। ਮੋਰ ਦਾ ਵੀ, ਮੋਰ ਵੀ ਬੱਦਲ ਨੂੰ ਵੇਖ ਕੇ ਪਹਿਲਾਂ ਪਾਉਂਦਾ ਅੱਖ ਵਾਹਿਗੁਰੂ, ਤੇ ਪਪੀਆ ਵੀ ਪਾਣੀ ਨਾਲ ਪਿਆਰ ਕਰਦਾ। ਦੋ ਨਾਂ ਦਿੱਤੇ, ਗੋਡਿਆਂ ਦੇ ਹੱਥ ਰੱਖੋ ਹਾਂ ਤੇ ਰੀੜ੍ਹ ਦੀ ਹੱਡੀ ਸਿੱਧੀ ਕਰੋ। ਉਹ ਸਾਹਮਣੇ ਜਿੱਥੇ ਚੌਰ ਹੋ ਰਿਹਾ, ਇਹਨੂੰ ਸਮਝ ਲਓ ਵੀ ਮੇਰੇ ਖੇਤ ਉੱਤੇ ਮੀਂਹ ਪੈਣ ਲਈ, ਮੇਰੀ ਪੁਕਾਰ ਸੁਣ ਲਈ ਇਹ ਬੱਦਲ ਚੜ ਕੇ ਆਇਆ। ਇਹਦੇ ਵਿੱਚੋਂ ਵਰਦਾ ਸਭ ਕੁਛ, ਅੱਖ ਵਾਹਿਗੁਰੂ, ਇਹਦੇ ਵਿੱਚੋਂ ਹੀ ਵਰਦਾ ਹੈ, ਹੋਰ ਕੋਈ ਬੱਦਲ ਨਹੀਂ। ਕੋਈ ਦੁਨੀਆਂ ਦੀ ਇੱਕ ਬੰਦਾ ਇੱਕ ਸਰੀਰ ਆ, ਅੱਖ ਵਾਹਿਗੁਰੂ, ਕੋਈ ਸਰੀਰ ਆਇਆ ਕਿਸੇ ਦੇ ਘਰ ਵਿੱਚ, ਉਹਨੂੰ ਉਹਨਾਂ ਨੇ ਕਿਹਾ ਮਹਾਰਾਜ ਕਿਰਪਾ ਕਰੋ ਸਾਡੇ ਤੇ। ਕੋਠਿਆਂ ਤੇ ਲੋਕੀ ਚੜ ਗਏ ਇਹਨਾਂ ਦੇ ਘਰ, ਕੋਈ ਬੰਦਾ ਆਇਆ। ਜਿਸ ਤਰ੍ਹਾਂ ਦੂਸਰਾ ਸੌਖਾ ਜਿਹਾ ਸ਼ਬਦ ਮੰਨ ਲਓ, ਬੱਦਲ ਚੜ ਕੇ ਆਇਆ, ਤੁਹਾਡੇ ਸ਼ਿਮਲੇ ਬਹੁਤ ਆਉਂਦੇ, ਕੋਠਿਆਂ ਨਾਲ ਲੱਗ ਜਾਂਦੇ, ਲੱਗ ਜਾਂਦੇ। ਬਾਪੂ ਦੀ ਬਾਣੀ ਚ ਲਿਖਿਆ ਕਿਆ, ਉੱਠ ਉੱਠ ਦੇਖੋ ਬੱਪੜੇ, ਨਹੀਂ ਕਿਉਂ ਕਿਆ, ਲੋਕੀ ਕੋਠਿਆਂ ਤੇ ਚੜ ਗਏ ਵੀ ਕੀ ਆਇਆ। ਫਿਰ ਤੇ ਬਹੁਤ ਗਿਆ ਰਾਜਰੋ, ਕੋਠਿਆਂ ਤੇ ਚੜ ਕੇ ਲੋਕੀ ਕੀ ਵੇਂਦੇ, ਬੱਦਲ ਆ ਗਿਆ, ਬੱਦਲ ਆ ਗਿਆ, ਬੱਲੇ 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 ਬੱਲੇ, ਜੁਲੀ ਬਿਸਤਰਾ ਸਾਂਭ ਲਓ, ਬੱਦਲ ਆ ਗਿਆ, ਬੱਦਲ ਆ ਗਿਆ, ਕੱਪੜੇ ਨਹੀਂ ਇਹਨੇ ਸਾਂਭਣ ਦੇਣੇ। ਕਿਆ, ਉੱਠ ਉੱਠ ਦੇਖੋ ਬੱਪੜੇ, ਬੱਪੜੇ ਮਨੇ ਵਿਚਾਰੇ ਲੋਕੋ, ਉੱਠ ਉੱਠ ਕੇ ਕੀ ਵੇਂਦੇ ਹੋ। ਇਹ ਜਿਹੜਾ ਬੱਦਲ ਚੜ ਕੇ ਆਇਆ ਨਾ, ਇਸ ਮੇਘੇ ਹੱਥ ਕਿਛ ਨਾ ਆਇਆ, ਇਸ ਬੱਦਲ ਦੇ ਹੱਥ ਵਿੱਚ ਕੁਛ ਨਹੀਂ ਹੈਗਾ। ਕੋਈ ਹੈ ਜਿਹਨੇ ਬੱਦਲ ਨੂੰ ਭੇਜਿਆ? ਨਹੀਂ ਪਤਾ ਲੱਗਾ ਜੀ, ਪਤਾ ਲੱਗਾ? ਕਿਆ, ਉੱਠ ਉੱਠ ਦੇਖੋ ਬੱਪੜੇ, ਇਸ ਮੇਘੇ ਹੱਥ ਕਿਛ ਨਾ ਆਏ। ਜਿਹੜਾ ਬੱਦਲ ਚੜ ਕੇ ਆਇਆ, ਆਹ ਪਿੰਡਾਂ ਦੇ ਤੁਸੀਂ ਬੈਠੇ ਹੋ ਮੇਰੇ ਭੈਣ ਭਰਾ, ਮੇਰੇ ਹਮ ਉਮਰ ਜਿਹੜੇ ਨੇ, ਕਈ ਵਾਰ ਇੰਨੀਆਂ ਘਟਾਵਾਂ ਆਉਂਦੀਆਂ, ਇੱਕ ਬੂੰਦ ਨਹੀਂ ਡਿੱਗਦੀ, ਹਵਾ ਉਡਾ ਕੇ ਲੈ ਜਾਂਦੀ। ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਨਾਲ ਬੇਅੰਤ ਲੋਕਾਂ ਨੂੰ ਤੁਸੀਂ ਵੇਖਿਆ, ਮਨੁੱਖਾ ਦੇਹ ਵੀ ਮਿਲੀ, ਬੱਦਲ ਵੀ ਆਇਆ, ਮਗਰ ਇੱਕ ਬੂੰਦ ਨਹੀਂ ਕਿਤੇ ਨਾਮ ਦੀ ਡਿੱਗੀ, ਹਵਾ ਉਡਾ ਕੇ ਲੈ ਗਈ ਬੱਦਲ ਨੂੰ। ਸਮਾਂ ਮਨੁੱਖਾ ਦੇਹ ਦੇ ਸਾਰੇ ਸਵਾਸ ਖਾ ਗਿਆ, ਇੱਕ ਬੂੰਦ ਨਾ ਡਿੱਗੀ। ਦੁਨੀਆਂ ਦੇ ਲੋਕੋ, ਕਿਆ ਉੱਠ ਉੱਠ ਦੇਖ, ਇਹ ਪਤਾ ਲੱਗ ਗਿਆ ਸਾਰਿਆਂ ਨੂੰ? ਜਿਹਨੂੰ ਨਹੀਂ ਲੱਗਾ ਹੱਥ ਖੜਾ ਕਰੋ, ਫਿਰ ਸਮਝਾਉਣਾ। ਲੱਗਾ ਹੈ ਸਾਰਿਆਂ? ਲੱਗ ਗਿਆ ਵੀ ਜੇ ਬੱਦਲ ਚੜ ਕੇ ਆਇਆ ਤੇ ਬੂਤੇ ਖੁਸ਼ ਨਾ ਹੋ, ਇਸ ਮੇਘੇ ਹੱਥ ਕਿਛ ਨਾ ਆਏ, ਇਸ ਬੱਦਲ ਦੇ ਹੱਥ ਵਿੱਚ ਜਿਹਨੇ ਇਹ ਮੇਘ ਪਠਾਇਆ, ਜਿਹਨੇ ਬੱਦਲ ਨੂੰ, ਤਿਸ ਰਾਖੋ ਮਨ ਮਾਏ, ਤਿਸ ਰਾਖੋ, ਪਤਾ ਲੱਗ ਗਿਆ ਜਿਹਨੇ ਬੱਦਲ ਨੂੰ, ਉਹ ਕੌਣ ਆ? ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ, ਦੀਨ ਦੁਨੀਆਂ ਦਾ ਮਾਲਕ, ਜਿਹੜਾ ਬੱਦਲ ਭੇਜਣ ਵਾਲਾ ਹੈ, ਆਖੋ ਵਾਹਿਗੁਰੂ।
ਤੇਰਾ ਮਾਰੋ ਗੋਡਿਆਂ ਤੇ ਰੱਖੋ ਹੱਥ, ਮੋਰ ਪਪੀਏ ਬੋਲ ਦੇ, ਮੋਰ ਪਪੀਏ ਬੋਲ ਦੇ, ਮੋਰ ਅੱਜ ਬੋਲ ਹੀ ਪੈਣ, ਮੋਰ ਪਪੀਏ ਬੋਲ ਦੇ, ਮੋਰ ਪਪੀਏ ਬੋਲ ਦੇ, ਮੋਰ ਦੇਖ ਬੱਦਲ ਕਾਲੇ, ਦੇਖ ਬੱਦਲ ਕਾਲੇ, ਦੇਖ ਕਾਲਾ ਚੜਕੇ ਆਇਆ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਸਾਹਮਣੇ ਹੋਏ, ਮਗਰ ਮੀਂਹ ਉੱਤੇ ਪੈਣਾ, ਜਿਹਦੇ ਮੇਗੇ ਨੂੰ ਫੁਰਮਾਣ ਹੋਆ, ਵਰਸੋ ਕਿਰਪਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਵਿੱਚੋਂ ਮੀਂਹ ਵੀ ਉਦੋਂ ਪੈਣਾ ਜਦੋਂ ਰੱਬ ਦਾ ਹੁਕਮ ਹੋਇਆ। ਤੇ ਆਓ ਹੁਣ, ਮੋਰ ਬਣ ਜਾਓ, ਪਪੀਏ ਬਣ ਜਾਓ, ਉਸੇ ਤਰ੍ਹਾਂ ਜਿੱਤੀਆਂ ਪਿਆਸੀਆਂ ਉਹਨਾਂ ਦੀਆਂ ਬਾਜਾਂ ਨਿਕਲਦੀਆਂ ਨੇ, ਮੋਰਾਂ ਦੀਆਂ, ਪਪੀਆਂ ਦੀਆਂ। ਆ ਸਰੀਰ ਨੂੰ ਛੱਡ ਦਿਓ, ਇਹਨਾਂ ਕੋਲੋਂ ਮੈਂ ਬੀਬੀ ਹਾਂ, ਮੈਂ ਬੰਦਾ ਵਾਂ, ਅੰਦਰਲੇ ਮੋਰ ਤੇ ਪਪੀਏ ਬਣ ਕੇ ਵਾਹਿਗੁਰੂ 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 ਵਾਹਿਗੁਰੂ। ਬੋਲੋ ਬੋਲੋ ਵਰੂਗਾ। ਗੁਰਬਾਣੀ ਚੋਂ ਪਿਰਿਓ ਪਿਰਿਓ ਪੜੋਗੇ ਨਾ, ਤੇ ਉਹਦਾ ਮਤਲਬ ਜੀਵ ਆਤਮਾ ਕੀ ਕਰਦੀ? ਵਾਹਿਗੁਰੂ 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 ਵਾਹਿਗੁਰੂ। ਇਹ ਪਿਰਿਓ ਪਿਰਿਓ ਆ ਬੰਦੇ ਦੇ ਰੂਪ ਚ, ਪਪੀਆ ਬੋਲਦਾ ਤੇ ਆਵਾਜ਼ ਨਿਕਲਦੀ ਪਿਰਿਓ 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 ਪਿਰਿਓ।
ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪਕਾਰ, ਮੇਘੇ ਨੂੰ ਫਰਮਾਨ ਹੋਆ ਵਰਸੋ ਕਿਤੇ ਤੇ ਇੱਥੋਂ ਤੱਕ ਆ ਗਿਆ। ਬਬੀਹਾ ਬੇਨਤੀ ਕਰੇ ਕਰ ਕਿਰਪਾ ਦਿਓ ਜੀ, ਇਹਨਾਂ ਤੋਂ ਫਰਕ ਸਮਝ ਲਿਆ ਜੀ ਦਾਨ ਦਾ ਤੇ ਮੇਰੇ ਦਾਨ ਦਾ। ਮੇਰਾ ਦਾਨ ਕੱਪੜਾ ਰੋਟੀ ਘਰ, ਇਹ ਮੇਰਾ ਦਾਨ ਹੈ ਸਰੀਰ ਦਾ। ਜੀ ਜਿੰਦ ਦਾ ਦਾਨ ਕੀ ਹੈ? ਵਾਹਿਗੁਰੂ ਵਾਹਿਗੁਰੂ, ਇਹਨੇ ਇਹਦੇ ਨਾਲ ਜੀਂਦੇ ਰਹਿਣਾ। ਆਖੋ ਵਾਹਿਗੁਰੂ। ਮਹਾਰਾਜ ਪਾਤਸ਼ਾਹ ਕਹਿੰਦੇ ਕਰ ਕਿਰਪਾ ਦਿਓ ਜੀ ਦਾਨ, ਜਲ ਬਿਨ ਪਿਆਸ ਨਾ ਉਤਰੇ ਛੁਟਕ ਜਾਏ ਮੇਰੇ ਪ੍ਰਾਣ। ਮੇਰੇ ਮਾਲਕ ਮੇਰੇ ਪ੍ਰਾਣ ਛੁੱਟ ਸਕਦੇ ਨੇ। ਇਹਨੂੰ ਮਲਾਰ ਰਾਗ ਕਹਿੰਦੇ, ਜਿਹਦੇ ਵਿੱਚ ਵਾਰ ਵਾਰ ਪਪੀਏ ਦੇ ਜ਼ਿਕਰ ਆਏ ਨਾ, ਇਸ ਰਾਗ ਦਾ ਨਾਮ ਆ ਮਲਾਰ ਰਾਗ। ਤੇ ਇਹ 2 ਮਹੀਨੇ ਹੁਣ ਗਾਇਆ ਜਾਣਾ ਹੈ, ਸੌਣ ਦਾ ਤੇ ਭਾਦਰੋਂ ਦਾ। ਇਹਨਾਂ 2 ਮਹੀਨਿਆਂ ਦੇ ਵਿੱਚ ਗਾਉਣਾ ਇਹਨੂੰ ਰਾਗੀਆਂ ਨੇ। ਆਖ ਵਾਹਿਗੁਰੂ। ਜੇ ਕੋਈ ਬਸੰਤ ਦੇ ਗਾਉਣ ਦੀ ਵੀ ਇੱਕ ਰੋਤਿਆ, ਇਤਨਾ ਮਲਾਰ ਰਾਗ ਗਾਉਣ ਦੀ ਵੀ ਇੱਕ ਰੋਤਿਆ। ਜਿਹੜੀ ਅੱਜ ਦੀ ਰੁੱਤ ਚੱਲ ਰਹੀ ਹੈ, ਰਾਗੀ ਸਾਹਿਬ ਦਾ ਵਾਜੇ ਤੇ ਹੱਥ ਧਰਨਾ ਤੇ ਉਹਦੀ ਸੁਰ ਵਿੱਚੋਂ ਪਹਿਲੋਂ ਹੀ ਪਤਾ ਲੱਗ ਜਾਂਦਾ ਹੈ ਵੀ ਇਹ ਮਲਾਰ ਰਾਗ ਗਾਉਣ ਲੱਗਾ। ਇਹਦੀ ਇੱਥੋਂ ਤੱਕ ਵੀ ਵਡਿਆਈ ਲਿਖੀ ਆ ਵੀ ਜੇ ਕਿਸੇ ਨੂੰ ਗਾਉਣਾ ਆਉਂਦਾ ਹੋਵੇ, ਕਿਹੜਾ ਰਾਗ ਉੱਚੀ ਬੋਲੋ, ਜੇ ਕਿਸੇ ਨੂੰ ਗਾਉਣਾ ਹੁੰਦਾ ਆਉਂਦਾ ਹੋਵੇ ਨਾ, ਪੈਰਾਂ ਤੋਂ ਲੈ ਕੇ ਸਿਰ ਤੱਕ ਕੋਈ ਧਨੰਤਰ ਰਾਗੀ ਹੋਵੇ ਤੇ ਅੰਦਰਲੇ ਬੁਝੇ ਦੀਵੇ ਜਗਾ ਦਿੰਦਾ ਹੈ। ਜਿਹੜੇ ਅੰਦਰਲੀਆਂ ਬੁਝੀਆਂ ਜੋਤਾਂ ਨੇ ਨਾ, ਇਹ ਰਾਗ ਜਗਾ ਦਿੰਦਾ। ਕਿਸੇ ਨੂੰ ਰਾਗ ਏ ਗਾਉਣਾ ਆਉਂਦਾ ਹੋਵੇ, ਕੋਈ ਜ਼ਰੂਰੀ ਨਹੀਂ ਹਰ ਇੱਕ ਨੂੰ ਰਾਗ ਗਾਉਣਾ ਆਉਂਦਾ ਹੈ, ਕੋਈ ਰਾਗ ਗਾਉਣਾ ਜਾਣਦਾ ਹੋਵੇ। ਵੈਸੇ ਲੋਕੀ ਬਾਹਰ ਨਾਲ ਜੋੜਦੇ ਆ ਵੀ ਵੇਖੋ ਜੀ ਉਹ ਰਾਗ ਗਾਈਏ ਨਾ ਤੇ ਬੁਝੇ ਦੀਵੇ ਜਗ ਪੈਂਦੇ। ਦੀਵਿਆਂ ਦਾ ਸੰਬੰਧ ਨਹੀਂ ਇੱਥੇ, ਆਹ ਦੀਵਾ ਜਿਹੜਾ ਅੰਦਰਲਾ ਮੇਰਾ ਬੁਝਿਆ ਪਿਆ ਹੈ, ਹਨੇਰੇ ਹੀ ਹਨੇਰੇ ਚ ਤੁਰਿਆ ਫਿਰਦਾ, ਇਹ ਅੰਦਰਲਾ ਦੀਵਾ ਜਗਾ ਦਿੰਦਾ। ਜੇ ਕਿਸੇ ਰਾਗੀ ਨੂੰ ਕੀ ਗਾਉਣਾ ਹੁੰਦਾ ਹੋਵੇ, ਮਲਾਰ ਰਾਗ। ਗੁਰੂ ਕਿਰਪਾ ਕਰੇ, ਅੱਜ ਦੇ ਸ਼ਬਦੀ ਵਿਚਾਰ ਕਰੀਏ। ਪਪੀਏ ਨੂੰ ਚੇਤੇ ਰੱਖਿਓ, ਘਰ ਜਾ ਕੇ ਵੀ ਚੇਤੇ ਹੋ, ਜਦੋਂ ਪਪੀਆ ਸ਼ਬਦ ਆਊਗਾ ਮੇਰੀ ਜਿੰਦ ਲਈ ਆਇਆ, ਮੇਰੀ ਪਿਰਿਓ ਪਿਰਿਓ ਕੀ ਆ? ਵਾਹਿਗੁਰੂ 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 ਵਾਹਿਗੁਰੂ। ਅੱਜ ਦੇ ਬਚਨ ਇੱਕੋ ਮਨ ਇੱਕੋ ਮਨ ਮਮਾ ਦਰਨੇ ਦੇ ਸਿਹਾਰੀ ਆ। ਉਹ ਵਾਹਿਗੁਰੂ ਮੇਰੇ ਮਨ ਚ ਇੱਕ ਵਸਿਆ ਪਿਆ ਵਾ, ਮੇਰੇ ਮਨ ਚ ਵੀ ਇੱਕ ਆ ਤੇ ਕੱਲਾ ਮੇਰੇ ਮਨ ਚ ਨਹੀਂ। ਇੱਕੋ ਮਨ ਇੱਕੋ ਸਭ ਠਾਏ ਨਹੀਂ, ਜਿਹੜਾ ਮੇਰੇ ਅੰਦਰ ਆ ਉਹ ਸਾਰੀ ਜਗ੍ਹਾ ਤੇ ਵੀ ਹੈਗਾ, ਕੱਲਾ ਮੇਰੇ ਅੰਦਰ ਹੀ ਨਹੀਂ। ਆਖੋ ਵਾਹਿਗੁਰੂ। ਹਵਾ ਤੁਹਾਡੇ ਅੰਦਰ ਵੀ ਹੈਗੀ, ਹਵਾ ਤੁਹਾਡੇ ਉੱਚੀ ਬੋਲੋ ਜੀ ਗੁਰੂ ਕੇ ਜਗ੍ਹਾ ਕੈਦ ਹੋ ਗਈ? ਜਿਸ ਤਰ੍ਹਾਂ ਹਵਾ ਕੈਦ ਨਹੀਂ ਹੁੰਦੀ, ਤੁਹਾਡੇ ਕਮਰੇ ਦੇ ਵਿੱਚ ਵੀ ਆ ਤੇ ਬਾਹਰ ਵੀ ਆ, ਤੁਹਾਡੇ ਸਰੀਰ ਚ ਵੀ ਆ ਤੇ ਬਾਹਰ ਵੀ ਆ, ਇਸ ਤਰ੍ਹਾਂ ਹੀ ਰੱਬ ਤੁਹਾਡੇ ਅੰਦਰ ਵੀ ਆ ਤੇ ਤੁਹਾਡੇ ਅੰਤਰ ਬਸੇ ਬਾਹਰ ਵੀ ਉਹੀ। ਬੋਲੋ ਹਮਲਾ ਕਲਾ ਧਾਰ ਜਿਨ ਸਗਲੀ, ਜਿਹਨੇ ਸਾਰਿਆਂ ਨੂੰ ਮੋਹਿਆ ਹੋਇਆ ਉਹ ਅੰਦਰ ਵੀ ਆ। ਇੱਕੋ ਮਨ ਇੱਕੋ ਸਭ ਠਾਏ, ਪੂਰਨ ਪੂਰ ਰਹੋ ਸਭ ਜਾਏ। ਸਾਰੀਆਂ ਜਗ੍ਹਾ ਤੇ ਕਿਤੇ ਊਣਾ ਨਹੀਂ,
ਕਿਤੇ ਪੂਰਾ ਨਹੀਂ। ਸਾਰਿਆਂ ਦੇ ਵਿੱਚ ਪ੍ਰਮਾਣ ਬੜਾ ਸੋਹਣਾ ਬਾਣੀ ਦੇ ਵਿੱਚ ਦਿੱਤਾ ਹੈ। ਆਖੋ ਵਾਹਿਗੁਰੂ, ਹਜ਼ਾਰ ਘੜੇ ਰੱਖ ਦਿਓ, ਹਜ਼ਾਰ ਬੋਲੋ ਤੇ ਪਾਣੀ ਨਾਲ ਭਰ ਦਿਓ, ਹਜ਼ਾਰ ਦੇ ਵਿੱਚ ਹੀ ਝਾਤੀ ਮਾਰੋ। ਅਸਮਾਨ ਤੇ ਚੰਦਰਮਾ ਇੱਕ ਆ, ਮਗਰ ਸਾਰਿਆਂ ਘੜਿਆਂ ਵਿੱਚ ਹਵਸ ਮਾਣੀ ਜੋਤ ਬੋਲੋ। ਅਜੇ ਪਕੜ ਕੇ ਨਹੀਂ ਪਤਾ ਲੱਗ ਗਿਆ, ਸਾਰਿਆਂ ਚ ਉਹਦੀ ਜੋਤ ਸਮਾਈ ਹੋਈ ਆ। ਹਵਸ ਮਾਣੀ ਜੋਤ ਜੋ ਜਲ ਘਟਾਉ ਚੰਦਰਮਾ ਬੋਲੋ, ਅਜੋ ਘੜੇ ਦੇ ਵਿੱਚ ਜਿਸ ਤਰ੍ਹਾਂ ਚੰਦਰਮਾ ਤੇ ਇੱਕੋ ਹੀ ਆ ਨਾ, ਤੇ ਰੱਬ ਵੀ ਸਾਰਿਆਂ ਦੇ ਵਿੱਚ ਸਮਾਇਆ ਪਿਆ। ਇੱਥੇ ਵੀ ਕਹਿੰਦੇ ਪੂਰਨ ਪੂਰ ਰਹੋ ਸਭ ਜਾਏ, ਗੁਰਪੂਰੇ ਸਭ ਭਰਮ ਚੁਕਾਇਆ। ਮੇਰੇ ਕੋਲੋਂ ਕਿਹਾ ਨਹੀਂ ਗਿਆ ਗਿਆ ਤੇ ਤੁਹਾਡੇ ਕੋਲੋਂ ਸੁਣਿਆ ਨਹੀਂ ਗਿਆ ਗਿਆ, ਤੁਹਾਡੇ ਚਿਹਰੇ ਦੱਸ ਰਹੇ। ਮੇਰੇ ਕਹਿਣ ਚ ਹੀ ਫਰਕ ਹੈ, ਜਿਹਦੇ ਕੋਈ ਕਹਿਣ ਵਾਲਾ ਹੋਵੇ। ਆਖੋ ਵਾਹਿਗੁਰੂ। ਤੇ ਪਰਸੋਂ ਚੌਥ ਦੇ ਸ਼ਬਦ ਤੁਸੀਂ ਸੁਣਿਆ, ਸੁਣ ਹਰ ਕਥਾ ਉਤਾਰੀ ਸਾਰੀ ਮੈਲ ਲੱਥ ਜਾਂਦੀ ਕਥਾ ਸੁਣ ਕੇ। ਜੇ ਕਿਸੇ ਨੂੰ ਕਥਾ ਕਰਨੀ ਆਉਂਦੀ ਹੋਵੇ ਤਾਂ ਮੇਰੇ ਸਾਹਿਬ ਜੀ ਕਹਿੰਦੇ, ਹੁਣ ਮੈਂ ਭਰਮ ਦੀ ਕਿਸ ਤਰ੍ਹਾਂ ਗੱਲ ਕਰਾਂ ਤੁਹਾਡੇ ਨਾਲ, ਇਹ ਭੈਣ ਨੂੰ ਪਤਾ ਹੈ ਭਰਮ ਕਿਸ ਤਰ੍ਹਾਂ ਮੈਂ ਗੱਲ ਕਰਾਂ ਤੁਹਾਨੂੰ। ਪਹਿਲੀ ਗੱਲ ਤੇ ਆਪਾਂ ਨੂੰ ਇਹ ਪਤਾ ਹੀ ਨਹੀਂ ਵੀ ਭਰਮ ਹੈ ਕੀ, ਕੀ ਭਰਮ ਹੈ, ਕੋਈ ਹੱਥ ਖੜਾ ਕਰਕੇ ਦੱਸੋ। ਆਖੋ ਵਾਹਿਗੁਰੂ। ਨਹੀਂ, ਸਭ ਤੋਂ ਵੱਡਾ ਭਰਮ ਹੈ ਅਸੀਂ ਜੀਵ ਆਤਮਾ ਨੂੰ ਵੀ ਮੈਂ ਸਰੀਰ ਹਾਂ, ਮੈਂ ਸਰੀਰ ਨਹੀਂ। ਨਹੀਂ ਪਤਾ ਲੱਗਾ ਜੀ, ਕੋਈ ਕਿਸੇ 512 ਨੰਬਰ ਕੋਠੀ ਚ ਰਹਿੰਦਾ ਹੋਵੇ, ਹਰਪ੍ਰੀਤ ਕੋਲ ਪਤਾ ਲੱਗ ਰਿਹਾ 512 ਨੰਬਰ ਕੋਠੀ ਚ ਰਹਿੰਦਾ ਹੋਵੇ ਤੇ ਉਹ ਕਵੇ ਮੈਂ ਤੇ 512 ਨੰਬਰ ਕੋਠੀ ਹਾਂ, ਕੋਈ ਗੱਲ ਬਣੂ? ਵੇਖੋ ਚਿੱਥ ਕੇ ਦੱਸੋ ਮੈਨੂੰ ਚਿੱਥ ਕੇ। ਕੋਈ ਬੰਦਾ ਰਹਿੰਦਾ ਹੋਵੇ 512 ਨੰਬਰ ਘਰ ਚ ਤੇ ਉਹ ਸਾਰਿਆਂ ਨੂੰ ਆਖਿਆ ਕਰੇ ਜੇ ਮੈਨੂੰ ਮਿਲਣਾ ਹੀ ਤੇ 512 ਚ ਆ ਜੀ ਤੇ 512 ਨੂੰ ਵੇਖ ਕੇ ਚੱਲ ਜੀ। ਉਸ ਭੋਲੇ ਨੂੰ ਇਹ ਨਹੀਂ ਪਤਾ ਵੀ ਮੈਂ 512 ਨਹੀਂ, ਮੈਂ 512 ਦੇ ਨੰਬਰ ਚ ਰਹਿਣ ਵਾਲਾ ਵਾਂ। ਇਹ ਸਰੀਰ ਦੇ ਰੂਪੀ ਕੋਠੇ ਚ ਤੁਸੀਂ ਰਹਿਣ ਵਾਲੇ ਹੋ, ਤੁਸੀਂ ਕੋਠਾ ਨਹੀਂ, ਇਹ ਭਰਮ ਆ। ਆਖੋ ਵਾਹਿਗੁਰੂ। ਇਹ ਕੀ ਆ ਫਿਰ ਬੋਲੋ। ਇੱਕ ਮਹਾਂਪੁਰਸ਼ ਨੂੰ ਪੁੱਛਿਆ ਕਿਸੇ ਨੇ ਵੀ ਸਭ ਤੋਂ ਵੱਡਾ ਪਾਪ ਕੀ ਆ, ਧਿਆਨ ਦਿਓ ਸਭ ਤੋਂ ਵੱਡਾ ਪਾਪ ਕੀ ਆ। ਉਹ ਕਹਿੰਦਾ ਆਪਣੇ ਆਪ ਨੂੰ ਦੇਹ ਮੰਨਣਾ, ਨਹੀਂ ਬੋਲਣਾ ਆਪਣੇ ਆਪ ਨੂੰ, ਇਹ ਮੰਨ ਕੇ ਰਹਿਣਾ ਵੀ ਮੈਂ ਸਰੀਰ ਹਾਂ, ਇਹ ਪਾਪ ਨਹੀਂ, ਇਹ ਪਾਪ ਦਾ ਵੀ ਬਾਪ ਆ। ਸਾਰੇ ਪਾਪ ਇਹਦੇ ਵਿੱਚੋਂ ਪੈਦਾ ਹੁੰਦੇ ਜਦੋਂ ਬੰਦਾ ਆਪਣੇ ਆਪ ਨੂੰ ਸਰੀਰ ਮੰਨਦਾ ਹੈ। ਔਖਾ ਹੈ, ਕਮਾਈ ਕਰੋਗੇ ਤੇ ਅੱਗੇ ਅੱਗੇ ਜਾ ਕੇ ਪਤਾ ਲੱਗੂ। ਆਖੋ ਵਾਹਿਗੁਰੂ। ਜੱਜ ਕੇ ਬੋਲੋ। ਸਾਰੇ ਪਾਪ ਦੇਹ ਚੋਂ ਪੈਦਾ ਹੁੰਦੇ ਨਾ, ਤੇ ਜੇ ਮੈਂ ਦੇਹ ਚੋਂ ਬੰਨੇ ਹੋ ਜਾਂ ਤੇ ਮੈਨੂੰ ਪਾਪ ਕਰਦਾ ਹੈ। ਪਾਪ ਪੁੰਨ ਕਾ ਤਿਸ ਲੇਪ ਨਾ ਲਾਗੇ, ਪਾਪ ਪੁੰਨ ਤੈ ਭਈ ਕਹਾਵਤ। ਇਹ ਤੁਹਾਡੇ ਲਈ ਇੱਕ ਕਹਾਵਤ ਬਣ ਕੇ ਰਹਿ ਜੇ,
ਜੇ ਤੁਸੀਂ ਇਹ ਮੰਨ ਕੇ ਜਾਣ ਲਓ ਵੀ ਸਰੀਰ ਵਿੱਚ ਰਹਿਣ ਵਾਲਾ ਵਾ ਮੈਂ ਤੇ ਪਾਪ ਸਾਰੇ ਕਿੰਨੇ ਕੀਤੇ ਮੈਂ ਕਿ ਸਰੀਰ ਨੇ ਤੇ ਸਰੀਰ ਦੀ ਚੁੱਕ ਕੇ ਪੰਡ ਤੇ ਤੁਸੀਂ ਤੇ ਮੈਂ ਪਰੇਸ਼ਾਨ ਹੋਏ ਬੈਠੇ ਹਾਂ। ਸਭ ਤੋਂ ਵੱਡਾ ਇਹ ਭਰਮ ਗੁਰੂ ਨੇ ਦੂਰ ਕੀਤਾ, ਤੂੰ ਸਰੀਰ ਨਹੀਂ। ਗੁਰ ਪੂਰੇ ਸਭ ਭਰਮ ਚੁਕਾਇਆ, ਪੂਰੇ ਗੁਰੂ ਨੇ ਮੇਰਾ ਕੀ ਵੀ ਮੈਂ ਸਰੀਰ ਨਹੀਂ, ਖੁੱਲ ਕੇ ਬੋਲੋ ਮੈਂ ਸਰੀਰ ਦੇ ਵਿੱਚ ਰਹਿਣ ਵਾਲਾ ਵਾ। ਆਖੋ ਵਾਹਿਗੁਰੂ। ਤੁਸੀਂ ਦੱਸੋ ਇੱਕ ਕੋਠੇ ਵਿੱਚ ਕੋਈ ਰਹਿੰਦਾ ਹੈ, ਉਹ ਕੋਠਾ ਡਿੱਗ ਪੈਂਦਾ ਹੈ, ਕੋਠੇ ਦੇ ਵਿੱਚੋਂ ਨਿਕਲਣ ਵਾਲਾ ਬਾਹਰ ਜਾ ਕੇ ਚੱਲ ਜਾਂਦਾ ਹੈ, ਕੋਠਾ ਡੈਮੇਜ ਹੋ ਗਿਆ, ਜਿਹੜਾ ਰਹਿਣ ਵਾਲਾ ਉਹ ਤੇ ਸੱਚੀ ਮੁੱਚੀ ਹਰ ਵਾਰ ਜਦੋਂ ਸਰੀਰ ਤੁਹਾਡਾ ਸਵਾਸ ਪੂਰੇ ਕਰਕੇ ਆਪਣੇ ਆਪ ਨੂੰ ਛੱਡਦਾ ਹੈ ਤੁਸੀਂ ਫਿਰ ਜਿਉਂਦੇ ਨਿਕਲਦੇ ਹੋ, ਅਗਲੀ ਜੂਨੀ ਲੈਂਦੇ ਹੋ, ਨਹੀਂ ਪਤਾ ਲੱਗਦਾ, ਚੌਂਕੜਾ ਮਾਰੋ ਫਿਰ ਕੀ ਆਖਿਆ ਤੁਸੀਂ ਅਗਲੀ। ਜੇ ਤੁਸੀਂ ਜਾਣ ਲੈਂਦੇ ਹੋ ਫੇਰ ਨਹੀਂ, ਜੇ ਤੁਸੀਂ ਇਹ ਜਾਣ ਲੈਂਦੇ ਹੋ ਵੀ ਮੈਂ ਕੋਠੇ ਦੇ ਵਿੱਚ ਰਹਿਣ ਵਾਲਾ ਮੈਂ ਕੋਠਾ ਨਹੀਂ, ਆਪੇ ਵੱਖ ਹੋ ਗਿਆ ਜੂਨੀ ਕਾਹਦੀ, ਤੁਸੀਂ ਕੋਠੇ ਨੂੰ ਆਪਾਂ ਮੰਨ ਕੇ ਬੈਠੇ ਹੋ, ਇਹ ਭਰਮ ਦੂਰ ਕੀਤਾ। ਗੁਰ ਪੂਰੇ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਸੁਖ ਪਾਇਆ, ਹਰ ਸਿਮਰਤ ਮੇਰਾ ਸਾਹਿਬ ਕਹਿੰਦਾ ਮੈਂ ਸਿਮਰ ਸਿਮਰ ਕਰਕੇ ਸਾਰਾ ਭਰਮ ਦੂਰ ਹੋ ਗਿਆ ਤੇ ਮੈਂ ਜਿਉਂਦੇ ਜੀ ਕੀ ਕੋਠੇ ਚੋਂ। ਜਿੰਨੇ ਚਿਰ ਨੂੰ ਕੋਠੇ ਨੂੰ ਅੱਗ ਲਾਉਣੀ ਸੀ ਓਨੇ ਚਿਰ ਨੂੰ ਮੈਂ ਕੋਠੇ ਚੋਂ ਕੀ ਕਰਕੇ ਵਾਹਿਗੁਰੂ 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 ਜਿਉਂਦੇ ਰਹੋ ਜਿਉਂਦੇ ਰਹੋ ਵਾਹਿਗੁਰੂ ਵਾਹਿਗੁਰੂ ਸੱਚਮੁੱਚ ਨਿਕਲ ਜਾਓਗੇ ਵਾਹਿਗੁਰੂ 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 ਸ੍ਰੀ ਵਾਹਿਗੁਰੂ। ਰਾਗੀ ਸਾਹਿਬ ਆ ਗਏ ਇੱਕ ਸ਼ਬਦ ਕਹਿ ਕੇ ਸਮਾਪਤੀ ਕਰਦਾ, ਕਬੀਰ ਕਾਇਆ ਕੋਠੀ ਕਾਠ ਕੀ, ਬੋਲੋ ਕਾਠ ਮੀਨ ਲੱਕੜ, ਇਹ ਲੱਕੜ ਦਾ ਘਰ ਆ ਤੇ ਇਹਦੇ ਚ ਚੌਂ ਦਿਸ ਲਾਗੀ ਆਗ, ਵਿਸ਼ੇ ਵਿਕਾਰਾਂ ਦੀ ਚੌਵਾਂ ਦਿਸ਼ਾਵਾਂ ਤੋਂ ਲੱਗੀ। ਹੁਣ ਪੰਡਤ ਪੰਡਤ ਜਲ ਮੂਏ, ਜਿਹੜੇ ਕਹਿੰਦੇ ਨਾ ਅਸੀਂ ਸਿਆਣੇ ਆ ਜੀ ਸਾਨੂੰ ਸਿਆਣਾ, ਪੰਡਤ ਪੰਡਤ ਤੇ ਮੂਰਖ ਉਭਰੇ ਭਾਗ, ਮੂਰਖ ਉਭਰੇ ਮੂਰਖ ਛਾਲ ਮਾਰ ਕੇ ਬਾਹਰ ਹੋ ਗਿਆ, ਮੂਰਖ ਭੱਜੂਗਾ ਸਿਆਣਾ ਨਹੀਂ ਭੱਜੂਗਾ। ਸਿਆਣਾ ਕਹੂਗਾ ਨਹੀਂ ਵੇਖ ਲਈਏ ਹੋਰ ਦੋ ਚਾਰ ਸਾਲ, ਇੱਕ ਸਾਲ ਹੋਰ ਵੇਖ ਲਈਏ, ਜਿਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਚ ਅੱਗ ਲੱਗੀ ਉਹ ਮਾਰ ਕੇ ਛਾਲ ਦੇਹ ਚੋਂ ਬਾਹਰ ਹੋ ਗਏ, ਉਹਨਾਂ ਨੂੰ ਪਤਾ ਹੈ ਮੈਂ ਇਹ ਘਰ ਨਹੀਂ ਮੈਂ ਘਰ ਦੇ ਵਿੱਚ ਤੇ ਛਾਲ ਮਾਰ ਕੇ ਘਰ ਚੋਂ ਹੋ ਸਕਦਾ ਮੈਂ। ਮੇਰਾ ਗੁਰੂ ਕਿਰਪਾ ਕਰੇ ਇਹ ਬ੍ਰਹਮ ਵਿਦਿਆ ਹੈ, ਕਿਤੇ ਮੇਰਾ ਸਤਿਗੁਰੂ ਸਿੱਖ ਪੰਥ ਨੂੰ ਸਿਖਾਵੇ। ਇਹ ਗ੍ਰੰਥਾਂ ਦੀ ਵਿਦਿਆ ਤੋਂ ਤਾਂ ਉੱਠ ਕੇ
ਜਿਹੜੇ ਆਹ ਗ੍ਰੰਥ ਪੜ੍ਹਿਆ, ਮੈਂ ਆਹ ਗ੍ਰੰਥ ਪੜ੍ਹਿਆ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਦਸਮ ਪਿਤਾ ਦੀ ਬਾਣੀ, ਦੋਨੋਂ ਗ੍ਰੰਥ ਮੈਂ ਬਾਣੀ ਜੋਈ, ਚੁਣ ਚੁਣ ਕੰਠ ਕਰੇ ਨਿੱਤ ਸੋਈ। ਇਹ ਤੋਂ ਇਲਾਵਾ ਜਿਹੜੇ ਗ੍ਰੰਥ ਨੇ ਪ੍ਰਮਾਣ ਦਿੱਤੇ ਜਾ ਸਕਦੇ, ਭਰੋਸਾ ਨਹੀਂ ਕੀਤਾ ਜਾ ਸਕਦਾ, ਉਹਦੇ 'ਚ ਕੋਈ ਮਿਲਾਵਟ ਵੀ ਹੋ ਸਕਦੀ। ਇਹ ਦੋਵਾਂ ਗ੍ਰੰਥਾਂ ਦੀ ਜਿਹੜੀ ਅੰਮ੍ਰਿਤ ਬਾਣੀ ਉਹਨੂੰ ਚੁਣ ਚੁਣ ਕੇ ਕੰਠ ਕਰੋ। ਜਦੋਂ ਇਹਨੂੰ ਤੁਸੀਂ ਸਮਝਣਾ ਸ਼ੁਰੂ ਕਰ ਦੋਗੇ, ਸੱਚੀ ਮੁੱਚੀ ਘਰ ਛੱਡ ਕੇ ਬਾਹਰ ਹੋ ਜਾਓਗੇ। ਆਖੋ ਵਾਹਿਗੁਰੂ, ਮੇਰਾ ਗੁਰੂ ਕਿਰਪਾ ਕਰੇ। 24 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜਿਨ੍ਹਾਂ ਜਿਨ੍ਹਾਂ ਅਜੇ ਅੰਮ੍ਰਿਤ ਨਹੀਂ ਛਕਿਆ ਜਾਂ ਜਿਨ੍ਹਾਂ ਕੋਲ ਕੋਈ ਭੁੱਲ ਹੋ ਗਈ, ਇੱਕੋ ਘਰ ਸਾਡਾ ਹੈ ਜਿੱਥੇ ਜਿਉਂਦੇ ਜੀ ਅਦਾਲਤ ਵਿੱਚ ਜੀਵ ਆਤਮਾ ਚੱਲ ਜਾਂਦੀ, ਜਿਉਂਦੇ ਜੀ ਤੇ ਸੱਚੀ ਮੁੱਚੀ ਜਿਉਂਦੇ ਦੀ ਸਰਟੀਫਿਕੇਟ ਲੈ ਸਕਦੀ ਆ ਵੀ ਜਿਹੜੀਆਂ ਮੇਰੇ ਕੋਲੋਂ ਪਿੱਛੇ ਗਲਤੀਆਂ ਹੋਈਆਂ ਨੇ, ਮੈਨੂੰ 5 ਜੱਜਾਂ ਦੀ ਬੈਂਚ ਨੇ, ਬੋਲੋ ਕਿੰਨਿਆਂ ਜੱਜਾਂ ਦੀ ਬੈਂਚ ਨੇ, 5 ਜੱਜਾਂ ਦੀ ਬੈਂਚ ਨੇ ਮਾਫ ਕਰਦਾ ਹੈ ਮੈਨੂੰ। 5 ਨੇ ਮੈਨੂੰ ਕਹਿ ਦਿੱਤਾ ਜਾ ਤੂੰ ਬਖਸ਼ਿਆ ਗਿਆ। ਅੱਜ ਤੋਂ ਹੌਲਾ ਫੁੱਲ ਹੋ ਕੇ ਸਿੱਖ ਆ ਜਾਂਦਾ ਹੈ ਜਿਹਦੇ ਨਾਲ 5 ਕੋਲੋਂ ਮਾਫੀ ਮੰਗ ਕੇ ਆਉਂਦਾ। ਜੇ ਕੋਈ ਭੁੱਲਾਂ ਹੋਈਆਂ ਨੇ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਨੱਚ ਸਾਜੇ ਨਵਾਜੇ 5 ਪਿਆਰੇ ਸਾਹਿਬਾਨਾਂ ਕੋਲ ਆਓ, ਉਹਨਾਂ ਨੂੰ ਆਪਣੀ ਗਲਤੀ ਦੱਸੋ ਤੇ ਸੁਰਖਰੂ ਹੋ ਜਾਓ। ਕਈ ਬੰਦੇ ਬਹੁਤ ਮਰਨ ਵੇਲੇ ਤੱਕ ਭਾਰ ਝੁੱਕ ਕੇ ਮਰਦੇ ਨੇ, ਮੇਰੇ ਕੋਲੋਂ ਆਹ ਗਲਤੀ ਹੋਈ, ਮੇਰੇ ਕੋਲ ਆਹ ਗਲਤੀ ਹੋਈ, ਅੱਗੇ ਕਿਸੇ ਨੇ ਨਹੀਂ ਬਖਸ਼ਣਾ। ਸਿੱਖ ਦੀ ਅਦਾਲਤ ਇੱਥੇ ਹੀ ਲੱਗੀ ਆ, ਸਿੱਖ ਨੇ ਇੱਥੇ ਹੀ ਬਖਸ਼ੇ ਜਾਣਾ ਹੈ, ਸਿੱਖ ਦੀ ਇੱਥੇ ਸੁਣਵਾਈ ਹੋਣੀ ਆ। ਬੁਲਾਣਾ ਚਿਤਾਰਿਓ, ਕੱਲ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਕੁਝ ਦਿਨਾਂ ਬਾਅਦ 25 ਤਰੀਕ ਤੋਂ ਸ਼ਾਮ ਤੋਂ ਸਕਾਰਬਰੋ ਗੁਰਦੁਆਰੇ 1 ਹਫ਼ਤੇ ਦੀ ਕਥਾ ਹੋਊਗੀ। ਜਿਨ੍ਹਾਂ ਕੋਲ ਸਤਿਗੁਰੂ ਨੇ ਗੱਡੀਆਂ ਬਖਸ਼ੀਆਂ, 7 ਤੋਂ 8 ਵਜੇ ਤੱਕ ਟਾਈਮ ਹੋਇਆ ਕਰੋ, ਉੱਥੇ ਵੀ ਹਾਜ਼ਰੀ ਭਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ।